ਪੰਚਾਈ ਪਾਣੀ ਬਿਲਕੁਲ ਘਰ ਜਿਹੜੇ ਉਹ ਪਾਣੀ 'ਚ ਡੁੱਬ ਗਏ ਆ। ਤਾਂ ਸਕੂਲਾਂ ਦੇ ਵਿੱਚ ਜਿਹੜੀ ਪੜ੍ਹਾਈ ਵਗੈਰਾ ਤੁਹਾਡੀ ਸਭ ਚੱਲ ਰਿਹਾ ਜਾਂ ਇੱਥੋਂ ਜਾਂਦੇ ਹੋ ਬਾਹਰ ਅੰਦਰ ਆਉਣਾ ਜਾਣਾ ਜਾਂ ਬੰਦ ਹੋ ਗਿਆ ਬਿਲਕੁਲ? ਬਿਲਕੁਲ ਬੰਦ ਹੋ ਕਿਉਂਕਿ ਪਾਣੀ ਹਰ ਤਰਫ ਫੈਲ ਗਿਆ ਹੈਗਾ। ਜੋ ਵੀ ਜ਼ਰੂਰਤਮੰਦ ਹੁੰਦੇ ਨੇ ਉਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਪਾਰਟੀ ਬਾਜ਼ੀ ਨੂੰ ਛੱਡ ਕੇ ਹਮੇਸ਼ਾ ਇੱਕ ਇਨਸਾਨੀਅਤ ਦੀ ਮਦਦ ਕਰਨੀ ਚਾਹੀਦੀ ਹੈ। ਇਨਸਾਨੀਅਤ ਹਰ ਇਨਸਾਨ 'ਚ ਜ਼ਿੰਦਾ ਹੋਣੀ ਚਾਹੀਦੀ। ਬੇਟਾ ਕਦੋਂ ਤੋਂ ਲੱਗੇ ਹੋਏ ਤੁਸੀਂ ਇੱਥੇ ਪ੍ਰਬੰਧ ਕਰਨ ਲਈ? ਅਸੀਂ ਕੱਲ ਰਾਤ ਤੋਂ ਲੱਗੇ ਹੋਏ ਆ 8 ਵਜੇ ਦੇ, ਤੇ ਬਹੁਤ ਜ਼ਿਆਦਾ ਪਾਣੀ ਆ ਰਿਹਾ। ਰਹਿਣੇ ਦੇ ਵਿੱਚ ਇਸ ਵੇਲੇ ਸਰਸੇ ਜ਼ਿਲ੍ਹੇ ਦਾ ਪਿੰਡ ਹੈ, ਕਾਲਿਆਂ ਵਾਲੀ ਵਿਧਾਨ ਸਭਾ ਹਲਕਾ ਪੈਂਦਾ ਹੈ, ਮਸਾਹ ਵਾਲਾ ਪਿੰਡ ਹੈ। ਇਸ ਵੇਲੇ ਜਿੱਥੇ ਖੜੇ ਆ ਅਸੀਂ, ਘੱਗਰ ਦਾ ਪਾਣੀ ਜਿਹੜਾ ਹੈ ਉਹ ਤੋਂ ਪਾੜ ਪੈ ਕੇ ਘੱਗਰ ਟੁੱਟ ਕੇ ਪਾਣੀ ਖੇਤਾਂ ਦੇ ਵਿੱਚ ਆਇਆ, ਤੇ ਖੇਤਾਂ ਤੋਂ ਬਾਅਦ ਜਿਹੜਾ ਹੈ ਘਰ ਹੈ, ਘਰਾਂ ਤੱਕ ਪਾਣੀ ਪਹੁੰਚ ਗਿਆ ਹੈ। ਪਾਣੀ ਦਾ ਪੱਧਰ ਜਿਹੜਾ ਹੈ ਉਹ ਦਰ ਬਦਰ ਵੱਧਦਾ ਜਾ ਰਿਹਾ ਹੈ। ਘਰਾਂ ਦੇ ਵਿੱਚ ਰਹਿਣ ਵਾਲੇ ਜਿਹੜੇ ਲੋਕ ਨੇ ਉਹ ਆਪਣੇ ਆਪਣੇ ਤੌਰ ਤੇ ਜਿਹੜੇ ਉਹ ਪ੍ਰਬੰਧ ਕਰ ਰਹੇ ਆ। ਮੇਰੇ ਨਾਲ ਇੱਥੇ ਵੀਰ ਨੇ, ਇਹ ਮਕਾਨ ਤੁਹਾਡਾ ਹੀ ਹੈ ਜੀ ਸਾਹਮਣੇ? ਉਹ ਵਾਲਾ ਮਕਾਨ ਤੁਹਾਡਾ ਹੈਗਾ? ਇਹ ਬਾਈ ਦਾ, ਇਹ ਇਹਨਾਂ ਦਾ। ਇਹ ਪਾਣੀ ਕਦੋਂ ਆਇਆ ਤੁਹਾਡੇ ਇੱਥੇ? ਬਾਈ ਰਾਤ ਨੂੰ ਆਇਆ। ਰਾਤੀ ਸੁੱਤੇ ਪਿਆ ਨੂੰ ਪਤਾ ਲੱਗਿਆ? ਹਾਂ ਬਾਈ, ਮੈਨੂੰ ਕੋਈ ਟੁੱਟ ਗਿਆ ਸੀ, ਨੋ ਕੋਈ ਪਤਾ ਲੱਗ ਗਿਆ ਬਾਈ। ਅੱਛਾ, 9 ਵਜੇ ਤੁਹਾਨੂੰ ਪਤਾ ਲੱਗਿਆ ਵੀ ਪਾਣੀ ਆ ਗਿਆ, ਤਾਂ ਮਤਲਬ ਪਾਣੀ ਨੂੰ ਰੋਕਣ ਲਈ ਕੋਈ ਪ੍ਰਬੰਧ ਕਰਨ ਵਾਸਤੇ ਪਹੁੰਚਿਆ? ਨਹੀਂ, ਕੋਈ ਪ੍ਰਸ਼ਾਸਨ ਨਹੀਂ ਪਹੁੰਚਿਆ, ਕੋਈ ਪਿੰਡ ਦਾ ਸਰਪੰਚ ਨਹੀਂ ਪਹੁੰਚਿਆ ਜੀ ਇੱਥੇ ਹਜੇ ਤੱਕ। ਕੋਈ ਹੋਰ ਲੀਡਰ? ਨਾ, ਕੋਈ ਲੀਡਰ ਨਹੀਂ ਆ ਰਿਹਾ ਸਾਡੇ ਕੋਲ। ਅਸੀਂ ਇੱਕ ਲੀਡਰ ਡੀਸੀ ਸਾਹਿਬ ਆਏ ਸੀ, ਉਹਨਾਂ ਨੂੰ ਅਸੀਂ ਕਿਹਾ ਵੀ ਸਾਨੂੰ ਗੱਟੇ ਦੀ ਦਿੱਕਤ ਹੈਗੀ ਹੈ, ਵੀ ਸਾਨੂੰ ਗੱਟੇ ਚਾਹੀਦੇ ਨੇ, ਉਹਨੇ ਸਾਨੂੰ ਗੱਟੇ ਵੀ ਨਹੀਂ ਦਿੱਤੇ। ਰਾਤ ਫਿਰ ਅਸੀਂ ਟਰਾਲੀਆਂ ਲੈ ਕੇ ਗਏ ਸੀ ਮਿੱਟੀ ਭਰਨ ਵਾਸਤੇ, ਤੇ ਸਰਪੰਚ ਸਾਹਿਬ ਨੂੰ ਸਾਨੂੰ ਰੋਕਤਾ ਵੀ ਮਿੱਟੀ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਗੇ। ਹਾਲਾਤ ਇੰਨੇ ਮਾੜੇ ਹੋ ਗਏ ਕਿ ਗੱਟੇ ਤੇ ਮਿੱਟੀ ਵੀ ਨਹੀਂ ਤੁਹਾਨੂੰ ਮਿਲ ਰਹੀ ਪਾਣੀ ਨੂੰ ਰੋਕਣ ਲਈ? ਹਾਂਜੀ ਬਿਲਕੁਲ ਜੀ, ਇੱਧਰ ਮਿੱਟੀ ਪਾਸੇ ਬੰਨ ਬੰਨੇ ਜਾ ਰਹੇ ਨੇ, ਉੱਥੇ ਮਿੱਟੀ ਆ ਰਹੀ ਹੈ ਗਰਾਊਂਡ 'ਚ ਪੱਟ ਕੇ, ਤੇ ਅਸੀਂ ਮਿੱਟੀ ਲੈਣ ਗਏ, ਖੁਦ ਦੀ ਟਰਾਲੀਆਂ ਲੈ ਗਏ ਸੀ। ਉਸ ਟਾਈਮ ਗਏ ਤਾਂ ਉਹਨਾਂ ਨੇ ਸਾਨੂੰ ਰੋਕਤਾ ਵੀ ਅਸੀਂ ਤੁਹਾਨੂੰ ਮਿੱਟੀ ਨਹੀਂ ਦੇ ਸਕਦੇ, ਇਸੇ ਸਿਰਫ ਪਾਰਟੀ ਬਾਜ਼ੀ ਕਰਕੇ ਸਾਨੂੰ ਮਿੱਟੀ ਨਹੀਂ ਮਿਲ ਰਹੀ। ਸਰ ਸਾਫ ਮਨਾ ਕਰਦੇ ਤੁਹਾਨੂੰ ਪਾਏ ਮਿੱਟੀ, ਜਦੋਂ ਜਦੋਂ ਆਫਤ ਕੋਈ ਆ ਜਾਂਦੀ ਹੈ ਤਾਂ ਉਦੋਂ ਪਾਰਟੀ ਬਾਜ਼ੀਆਂ ਜਿਹੜੀਆਂ ਉਹ ਛੱਡ ਦੇਣੀਆਂ ਚਾਹੀਦੀਆਂ। ਬਾਈ ਅਸੀਂ ਛੱਡੀ ਹੋਈ, ਪਰ ਅਗਲੇ ਨਹੀਂ ਛੱਡ ਰਹੇ ਗੇ। ਅਗਲੇ ਸਾਨੂੰ ਸਾਫ ਮਨਾ ਕਰਦੇ, ਨਾ ਤੁਹਾਡੇ ਵਾਸਤੇ ਗੱਟੇ ਗਏ, ਸਰਪੰਚ ਕਹਿੰਦਾ ਨਾ ਤੁਹਾਡੇ ਵਾਸਤੇ ਮਿੱਟੀ ਹੈਗੀ। ਬਹੁਤ ਇਹ ਮਾੜੀ ਗੱਲ ਹੈ। ਇਹ ਬੱਚੇ ਛੋਟੇ ਛੋਟੇ ਨਾਲ ਲੱਗੇ ਹੋਏ ਆ, ਲੱਗ ਰਹੇ ਨੇ। ਇਹ ਸਾਰਾ ਪ੍ਰਬੰਧ ਪਾਣੀ ਨੂੰ ਰੋਕਣ ਲਈ ਤੁਸੀਂ ਆਪਣੇ ਪੱਧਰ ਤੇ ਕਰ ਰਹੇ ਹੋ? ਮੈਂ ਆਪਣੇ ਪੱਧਰ ਤੇ ਹੀ ਘਰਾਂ ਦੇ ਵਿੱਚ ਜਿਹੜਾ ਕੋਈ ਸਮਾਨ ਹੈ ਕੀਮਤੀ ਉਹਨੂੰ ਕਿਸੇ ਟਿਕਾਣੇ ਤੇ ਪਹੁੰਚਾ ਰਹੇ? ਨਹੀਂ ਬਾਈ ਜੀ, ਕੋਈ ਪਹੁੰਚ ਨਹੀਂ, ਸਮਾਨ ਸਰ ਉਹੀ ਘਰਾਂ ਦੇ ਵਿੱਚ ਹੀ ਜਿਹੜਾ ਸਮਾਨ ਹੈ ਤੇ ਉਸੇ ਤਰ੍ਹਾਂ ਹੀ ਪਾਣੀ 'ਚ ਘਿਰ ਗਏ। ਰਾਤ ਦੇ ਪਾਣੀ ਕਿੰਨਾ ਕੁ ਵੱਧ ਰਿਹਾ ਪਾਣੀ ਬਾਈ? ਰਾਤ ਦਾ ਚੋਲ ਘੱਟ ਆ ਕੇ 2-2.5 ਫੁੱਟ ਪਾਣੀ ਹੋ ਚੁੱਕਿਆ ਸਾਡੇ ਕੋਲ ਇੱਥੇ ਇਸ ਟਾਈਮ। ਇਸ ਟਾਈਮ ਆਪਣੇ ਘਰ ਦੇ ਕੋਲ 3 ਫੁੱਟ ਪਾਣੀ ਖੜਿਆ ਗਿਆ। 3 ਫੁੱਟ ਪਾਣੀ ਜਿਹੜਾ ਉਹ ਸਾਹਮਣੇ ਘਰ ਤੋਂ? ਹਾਂਜੀ, ਤਿੰਨ ਫੁੱਟ ਪਾਣੀ ਨੇ ਘਰ ਘੇਰ ਲਿਆ ਤੇ ਸਮਾਨ ਸਾਰਾ ਵਿੱਚ ਹੈ ਤੇ ਕਿਸੇ ਵੱਲੋਂ ਕੋਈ ਸਹਾਇਤਾ ਨਹੀਂ ਕੀਤੀ ਜਾ ਰਹੀ ਜੀ ਕਿਸੇ ਵੱਲੋਂ। ਬਹੁਤ ਮਾੜੀ ਗੱਲ ਹੈ, ਇਹੋ ਜਿਹੇ ਟਾਈਮ ਦੇ ਵਿੱਚ ਸਾਨੂੰ ਇੱਕ ਦੂਜੇ ਦੇ ਨਾਲ ਖੜਨਾ ਚਾਹੀਦਾ। ਜੇ ਕਿਸੇ ਇੱਕ ਭਰਾ ਤੇ ਮਾਰ ਪੈਂਦੀ ਹੈ ਤਾਂ ਦੂਜੇ ਜਿਹੜੇ ਆ ਉਹਨਾਂ ਨੂੰ ਸਪੋਰਟ ਕਰਦੇ ਆ। ਤੁਸੀਂ ਦੇਖਿਆ ਸਾਹਮਣੇ ਆਪਣੇ ਘਰ ਦੇ ਵਿੱਚ ਪਾਣੀ ਜਿਹੜਾ ਇਹਨਾਂ ਦੇ ਇੰਟਰ ਹੋ ਰਿਹਾ ਸੀਗਾ ਉਹਨੂੰ ਰੋਕਣ ਵਾਸਤੇ ਪ੍ਰਬੰਧ ਕਰ ਰਿਹਾ। ਬੇਟਾ ਕਦੋਂ ਤੋਂ ਲੱਗੇ ਹੋਏ ਤੁਸੀਂ ਇੱਥੇ ਪ੍ਰਬੰਧ ਕਰਨ ਲਈ? ਅਸੀਂ ਕੱਲ ਰਾਤ ਤੋਂ ਲੱਗੇ ਹੋਏ ਆ 8 ਵਜੇ ਦੇ, ਤੇ ਬਹੁਤ ਜ਼ਿਆਦਾ ਪਾਣੀ ਆ ਰਿਹਾ, ਕਿਸੇ ਨੇ ਕੋਈ ਸਹਾਇਤਾ ਨਹੀਂ ਦਿੱਤੀ। ਇਹ ਤੁਸੀਂ ਤੁਸੀਂ ਆਪਣੇ ਘਰਦਿਆਂ ਦੇ ਨਾਲ ਜਿਹੜਾ ਉਹ ਹੱਥ ਵਟਾ ਰਹੇ ਹੋ? ਹਾਂਜੀ, ਰਾਤ ਤੋਂ ਲਗਾਤਾਰ ਜਿਹੜਾ ਘਰ ਦੇ ਕੰਮ ਹੈ ਸਾਰੇ ਰੁਕ ਗਏ ਆ, ਸਾਰੇ ਰੁਕ ਗਏ ਆ, ਤੇ ਅਸੀਂ ਆਪ ਹੀ ਲੱਗ ਰਹੇ ਹਾਂ ਕਿਸੇ ਵੱਲੋਂ ਕੋਈ ਸਹਾਇਤਾ ਨਹੀਂ ਹੈਗੀ, ਤੇ ਸਰਪੰਚ ਨੇ ਸਹਾਇਤਾ ਦੇਣ ਤੋਂ ਮਨਾ ਕਰ ਦਿੱਤਾ। ਸਰਕਾਰੀ ਮਿੱਟੀ ਸੀ ਜੋ ਕਿ ਸਹਾਇਤਾ ਲਈ ਆਈ ਸੀ, ਸਰਪੰਚ ਨੇ ਵੀ ਮਨਾ ਕਰ ਦਿੱਤਾ। ਉਹਨਾਂ ਨੇ ਕਿਹਾ ਵੀ ਸਾਡੇ ਵੱਲੋਂ ਤੁਹਾਡੇ ਵਾਸਤੇ ਕੋਈ ਯੋਗਦਾਨ ਨਹੀਂਗਾ। ਤੇ ਕੋਈ ਹੋਰ ਸਹਿਯੋਗ ਕਰਨ ਵਾਸਤੇ ਕੋਈ ਸਮਾਜ ਸੇਵੀ ਆਇਆ ਹੋਵੇ, ਕੋਈ ਮਤਲਬ ਰਾਸ਼ਨ ਪਾਣੀ ਜਾਂ ਕੋਈ ਖਾਣਾ ਰੋਟੀ ਪਾਣੀ ਤੁਹਾਡੇ ਤੱਕ ਪਹੁੰਚਦਾ ਕਿਸੇ ਨੇ? ਨਹੀਂ, ਕੁਛ ਨਹੀਂ ਜੀ। ਤੁਸੀਂ ਦੇਖ ਸਕਦੇ ਹੋ ਇਹ ਹਾਲਾਤ ਕਿੰਨੇ ਮਾੜੇ ਹੋ ਗਏ ਆ ਕਿ ਇਹਨਾਂ ਤੱਕ ਖਾਣ ਪੀਣ ਦਾ ਵੀ ਕੋਈ ਵਸਤ ਜਿਹੜੀ ਆ ਉਹ ਕਿਸੇ ਨੇ ਨਹੀਂ ਪਹੁੰਚਾਈ। ਪਾਣੀ ਬਿਲਕੁਲ ਘਰ ਜਿਹੜੇ ਉਹ ਪਾਣੀ 'ਚ ਡੁੱਬ ਗਏ ਆ। ਤਾਂ ਸਕੂਲਾਂ ਦੇ ਵਿੱਚ ਜਿਹੜੀ ਪੜ੍ਹਾਈ ਵਗੈਰਾ ਤੁਹਾਡੀ ਸਭ ਚੱਲ ਰਿਹਾ ਜਾਂ ਇੱਥੋਂ ਜਾਂਦੇ ਹੋ ਬਾਹਰ ਅੰਦਰ ਆਉਣਾ ਜਾਣਾ ਜਾਂ ਬੰਦ ਹੋ ਗਿਆ ਬਿਲਕੁਲ? ਬਿਲਕੁਲ ਬੰਦ ਹੋ ਗਿਆ ਕਿਉਂਕਿ ਪਾਣੀ ਹਰ ਤਰਫ ਫੈਲ ਗਿਆ ਹੈਗਾ, ਤੇ ਇਸ ਲਈ ਪੜ੍ਹਾਈ ਵੀ ਨਹੀਂ ਹੋ ਪਾ ਰਹੀ ਹੈ, ਤੇ ਨਾਲ ਸਕੂਲ ਦੀਆਂ ਛੁੱਟੀਆਂ ਹੋ ਚੁੱਕੀਆਂ ਨੇ। ਕਿਹੜੀ ਕਲਾਸ ਪੜ੍ਹਦੇ ਹੋ? +2 'ਚ। +2 ਦੇ ਵਿੱਚ ਪੜ੍ਹਦੇ ਆ, ਪੜ੍ਹਾਈ ਛੁੱਟ ਚੁੱਕੀ ਹੈ, ਘਰ ਜਿਹੜੇ ਆ ਉਹ ਪਾਣੀ ਨੇ ਘੇਰ ਲਿਆ, ਤੇ ਕਿਸੇ ਵੀ ਤਰ੍ਹਾਂ ਦੀ ਕੋਈ ਸਹਾਇਤਾ ਜਿਹੜੀ ਉਹ ਕਿਸੇ ਪਾਸੋਂ ਨਹੀਂ ਮਿਲ ਰਹੀ। ਕੀ ਅਪੀਲ ਕਰਨਾ ਚਾਹੋਗੇ ਸਾਡੇ ਦਰਸ਼ਕਾਂ ਨੂੰ ਚੈਨਲ ਦੇ ਜ਼ਰੀਏ? ਅਸੀਂ ਆਹੀ ਅਪੀਲ ਕਰਨਾ ਚਾਹਾਂਗੇ ਕਿ ਜੋ ਵੀ ਜ਼ਰੂਰਤਮੰਦ ਹੁੰਦੇ ਨੇ ਉਹਨਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰਨੀ ਚਾਹੀਦੀ ਹੈ, ਕਿਉਂਕਿ ਪਾਰਟੀ ਬਾਜ਼ੀ ਨੂੰ ਛੱਡ ਕੇ ਹਮੇਸ਼ਾ ਇੱਕ ਇਨਸਾਨੀਅਤ ਦੀ ਮਦਦ ਕਰਨੀ ਚਾਹੀਦੀ ਹੈ। ਇਨਸਾਨੀਅਤ ਹਰ ਇਨਸਾਨ 'ਚ ਜ਼ਿੰਦਾ ਹੋਣੀ ਚਾਹੀਦੀ ਹੈ। ਬਿਲਕੁਲ, ਧੰਨਵਾਦ।